ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਮੈਂ ਇਸ ਵੇਲੇ ਕਰਨਾਲ ਵਿਖੇ ਕਣਕ ਤੇ ਜੌਂ ਦੇ ਬੜੇ ਵੱਡੇ ਇੰਸਟੀਚਿਊਟ ਆ ਮੇਰੇ ਮਿੱਤਰ ਆਏ ਹੋਏ ਨੇ ਸ੍ਰੀ ਮੁਕਤਸਰ ਸਾਹਿਬ ਤੋਂ ਆਪਣਾ ਬੀਜ ਆਈ ਇਹਨਾਂ ਨਾਲ ਗੱਲ ਕਰੀਏ ਕਿਹੜੇ ਕਿਹੜੇ ਬੀਜ ਲਿੱਤਾ ਤੁਸੀਂ 327 किसान भाइयों, आज जो किसान आए थे यहाँ बीज लेने, वो मोगा जिला, श्री मुक्तसर साहिब, नवांशहर, पठानकोट, पटियाला, रूपनगर, साहिबजादा, अजीत सिंह नगर, मोहाली और संगरूर से थे, और साथ में थे तरन तारण से, मगर कुछ ही ज़िलों के किसान मुझको मिल पाए। शायद वो पहले ही पहुंच गए थे या मैं देर से पहुंचा था। आइए करते हैं चर्चा। किसान वीरों, मेरे होर मित्र आए हुए ने, आप गल करते हैं इन्हों कि कितों आए ने, कितों आए हो जी? मोहाली तो। मोहाली तो आए हो तुसी भी? मोहाली तो। मोहाली तो ते जीरे च झोने च की लाया सी? 26 दी पीआर 126। 26 दा बड़ा रौला कहंदे खरीदी? हां जी, हाले वटना जी, पता नहीं थोड़ी कटाई करनी है जी। कणक दे केड़े केड़े बीज ले ने? 327। अच्छा, 374 ते 372। वेरी गुड, तिन्ने बहुत चंगे ने। हां जी, पिछले वारी लाए सी आपां कुछ? नहीं, पिछली वार नहीं, फर्स्ट टाइम बुक होई सी। 826 दा पंजाब खेतीबाड़ी दी मुश्किल आ गई। 327 ਸਾਡੇ 33 ਕੁਇੰਟਲ ਨਿਕਲਿਆ ਫਤਿਹਗੜ੍ਹ ਦਾ। ਅੱਛਾ, ਸਿਰਫ ਫਤਿਹਗੜ੍ਹ ਦਾ? ਹਾਂ ਜੀ। पिछले साल भी ले गए थे, पिछले साल पिछले अगले साल आप 327 ले गए अपने को। किसान साथियों, इन्होंने दस्सिया कि जी 327 च 20 किलियां च 31 कुंटल की पैदावारी आई है, 826 327 दोनों टक्कर च ने। मैं इन्हों पढ़ रहा, 826 निकली है, 29 कुंटल। अच्छा, वो घट रही है, 5 एकड़ से। चलिए, ये अलग अलग थावां ते अलग अलग पैदावारी विखांदी है, आपां वेखदे हां कि इस साल ਕਿਹੜੀ ਅੱਗੇ ਰਹੇਗੀ। ਪ੍ਰਬੰਧ ਬਹੁਤ ਵਧੀਆ ਸੀ ਜੀ, ਕੋਈ ਦਿੱਕਤ ਨਹੀਂ ਹੋਈ ਕਿਸੇ ਕਿਸਮ ਦੀ। ਅੱਛਾ, ਬਹੁਤ ਵਧੀਆ, ਨਾ ਕੋਈ ਭੀੜ, ਨਾ ਕੋਈ ਉਹ, ਸਭ ਨੂੰ ਬਹੁਤ ਵਧੀਆ ਤਰੀਕੇ ਨਾਲ ਬੀਜ ਮਿਲ ਗਿਆ। ਹਾਂ ਹਾਂ, ਕਿੰਨੇ ਵਜੇ ਚੱਲੇ ਸੀ ਸਵੇਰੇ? ਸਵੇਰੇ ਅਸੀਂ ਲਗਭਗ ਮੋਹਾਲੀ ਤੋਂ, ਆਪਣਾ ਮੋਹਾਲੀ ਤੋਂ ਅੱਗੇ ਪਿੰਡ ਹੈ ਜੀ ਕੁਰਾਲੀ ਦੇ ਨਾਲ, ਜਾਂ ਕੁਰਾਲੀ ਬਣਾ। ਹਾਂਜੀ, ਉੱਥੇ ਤੋਂ ਅਸੀਂ ਕੋਈ 8:30 ਵਜੇ ਤੋਂ ਆਰਾਮ ਨਾਲ ਪਹੁੰਚ ਗਏ, ਆਰਾਮ ਨਾਲ ਬੀਜ ਮਿਲ ਗਿਆ। ਮਿਲ ਗਿਆ ਜੀ। ਤੇ ਹੋਰ ਕੀ ਸੁਝਾਅ ਹੋਏ ਤੁਹਾਨੂੰ? ਸੁਝਾਅ ਤਾਂ ਇਹੀ ਹੈ ਜੀ ਵੀ ਜਿਹੜਾ ਇਹ ਟਾਈਮ ਹੈ ਜੀ, ਹਾਂ, ਕਿਸਾਨਾਂ ਵਾਸਤੇ ਬਹੁਤ ਬਿਜੀ ਟਾਈਮ ਹੈ। ਜਿਹੜੀਆਂ ਡੇਟਾਂ ਮਿੱਠੀਆਂ ਵੀ ਨੇ ਅਸੀਂ ਬੀਜ ਦੇ ਦਿੰਦੇ ਹਾਂ। ਹਾਂਜੀ, ਅੱਛਾ, ਡੇਟਾਂ ਦੀ ਬਹੁਤ ਪ੍ਰੋਬਲਮ ਆਈ ਜੀ। ਦੇਖੋ, ਹੁਣ ਸਾਰੇ ਕੋਈ ਮੰਡੀ 'ਚ ਬੈਠਾ ਹੈ, ਕੋਈ ਕਿਤੇ ਬੈਠਾ, ਕੋਈ ਕੰਮ ਆਪਣਾ ਰੌਣੀ ਕਰ ਰਿਹਾ, ਕੋਈ ਜੀਰੀ ਕਿਤੇ ਬੈਠਾ, ਕੋਈ ਕਿਤੇ ਬੈਠਾ ਜੀ। ਕੰਮ ਛੱਡ ਕੇ ਆਉਣਾ ਬਹੁਤ ਔਖਾ ਹੈ ਜੀ। ਖੁਦ ਦੀਆਂ 2 ਟਰਾਲੀਆਂ ਮੰਡੀ 'ਚ ਪਈਆਂ, ਅੱਛਾ, ਉਵੇਂ ਹੀ ਖੜੀਆਂ, ਕੋਈ ਉੱਥੇ ਬਰਦਾਰੀ, ਮੈਂ ਇਸ ਤਰ੍ਹਾਂ ਹੀ ਛੱਡ ਕੇ ਆਇਆ ਹੁਣ। ਤੋ ਕਿਸਾਨ ਭਾਈਓ, ਇਹ ਕਹਿ ਰਹੇ ਨੇ ਜੀ ਕਿ ਟਾਈਮ ਡੇਟਾਂ ਜਿਹੜੀਆਂ ਨੇ ਥੋੜ੍ਹੀਆਂ ਜਿਹੀਆਂ ਅੱਗੇ ਮਿੱਠੀਆਂ ਜਾਣ, ਥੋੜ੍ਹੀਆਂ ਜਿਹੀਆਂ ਪਹਿਲੇ, ਤਾਂ ਕਿ ਕਿਸਾਨ ਜਦੋਂ ਥੋੜ੍ਹਾ ਵਿਹਲਾ ਹੈ ਔਰ ਕਟਾਈ 'ਚ ਨਹੀਂ ਲੱਗਿਆ ਹੋਇਆ, ਉਸ ਵੇਲੇ ਆਪਾਂ ਬੀਜ ਅਗਰ ਬੁਕਿੰਗ ਕਰਦੇ ਹਾਂ ਅਤੇ ਵੰਡਦੇ ਹਾਂ, ਤਾਂ ਉਸ ਵੇਲੇ ਕਿਸਾਨ ਬਹੁਤ ਜ਼ਿਆਦਾ ਆ ਸਕਦੇ ਨੇ ਇੱਥੇ, ਅਤੇ ਉਹਨਾਂ ਦਾ ਬਹੁਤ ਜ਼ਿਆਦਾ ਫਾਇਦਾ ਹੋਏਗਾ। ਮੈਂ ਕਹਿੰਦਾ ਕਿ ਇੰਸਟੀਚਿਊਟ ਸੰਸਥਾਨ ਜਿਹੜਾ ਇਹਦਾ ਥੋੜ੍ਹਾ ਧਿਆਨ ਰੱਖੇ। ਉਹਦੀ ਰਿਕੁਐਸਟ ਇਹ ਹੈ ਜੀ ਸੰਸਥਾਨ ਨੂੰ, ਜਿਵੇਂ ਮੇਲੇ ਲੱਗਦੇ ਹੈ ਜੀ, ਮੇਲਿਆਂ 'ਚ ਵੀ ਬੀਜ ਵੰਡਿਆ ਜਾਂਦਾ। ਡੇਟਾ ਕਿੱਥੇ ਕੁ ਰੱਖੀ ਅਸੀਂ ਫਿਰ? ਡੇਟਾਂ ਦੇਖੋ ਜੀ, ਜਾਂ ਤਾਂ ਸਤੰਬਰ ਐਂਡ ਰੱਖਦੇ ਹਾਂ। ਅੱਛਾ, ਸਤੰਬਰ ਐਂਡ ਸਭ ਤੋਂ ਵਧੀਆ ਹੈ, ਜਿਹੜਾ ਸਤੰਬਰ ਦਾ ਆਖਰੀ ਹਫ਼ਤਾ ਹੈ। ਅੱਛਾ, ਸਭ ਤੋਂ ਵਧੀਆ ਹੈ, ਉਸ ਟਾਈਮ ਕੋਈ ਰੁਝੇਵਾਂ ਖਾਸ ਨਹੀਂ ਜੀ। ਇਸ ਟਾਈਮ ਤਾਂ ਦੇਖੋ ਸਾਰੇ ਹੀ ਬਿਜੀ ਹੈ, ਕੋਈ ਜੀਰੀ ਕਟਾਈ ਕਰ ਰਿਹਾ, ਕੋਈ ਮੰਡੀ 'ਚ ਬੈਠਾ, ਕਿਸੇ ਨੂੰ ਕੋਈ ਕੰਮ, ਕਿਸੇ ਨੂੰ ਕੋਈ ਕੰਮ। ਇਸ ਕਰਕੇ ਸਾਡਾ ਸਾਰੇ ਸੁਝਾਅ ਹੈ ਜੀ ਵੀ ਇਹ ਡੇਟ ਨੂੰ ਐਂਡ ਸਤੰਬਰ ਹਫ਼ਤੇ 'ਚ ਕੀਤਾ ਜਾਵੇ। ਤੁਸੀਂ ਕਿੱਥੋਂ ਆਏ ਹੋ? ਧੂਰੀ ਤੋਂ ਸਰ। ਧੂਰੀ ਤੋਂ ਆਏ ਹੋ? ਕਿੰਨੇ ਵਜੇ ਚੱਲੇ ਸੀ ਸਵੇਰੇ?
ਬੀਜ ਮਿਲ ਗਿਆ ਕਿਹੜੇ ਕਿਹੜੇ ਲਿੱਤਾ ਸਰ 372 ਲਿੱਤਾ ਅੱਛਾ ਤੇ 371 ਲਿੱਤਾ ਪਹਿਲੀ ਵਾਰੀ ਵਿਜ਼ਿਟ ਕੀਤਾ ਸਰ ਪਹਿਲੀ ਵਾਰੀ ਵਿਜ਼ਿਟ ਕੀਤਾ ਸਰ ਇਹ ਮੁੰਡੇ ਪਹਿਲਾਂ ਆਉਂਦੇ ਸੀ ਮੈਨੂੰ ਪਹਿਲੀ ਵਾਰੀ ਕਿਹੜੇ ਮੁੰਡੇ ਪਹਿਲੇ ਆਉਂਦੇ ਸੀ ਇਹ 10 ਸਾਲ ਹੋ ਗਏ ਉਹ ਤੁਸੀਂ ਕਿਹੜੇ ਕਿਹੜੇ ਮੁੰਡੇ ਹੈਗੇ ਬਈ ਕਿੱਥੋਂ ਆਏ ਤੂੰ ਧੂਰੀ ਤੋਂ ਹੀ ਅੱਛਾ ਧੂਰੀ ਤੋਂ ਆਇਆ ਧੂਰੀ ਤੋਂ ਹਾਂਜੀ ਹਾਂਜੀ ਮੈਨੂੰ ਧੂਰੀ ਬਹੁਤ ਚੰਗਾ ਲੱਗਦਾ ਆਪਣਾ ਬੀਨੂ ਢਿੱਲੋ ਜਿਹੜਾ ਹੈ ਨਾ ਹਾਂਜੀ ਹਾਂਜੀ ਉਹ ਉੱਥੇ ਦਾ ਹੀ ਹੈਗਾ ਹਾਂਜੀ ਹਾਂਜੀ ਮੇਰਾ ਗੁੱਦ ਵੀ ਢਿੱਲੋ ਅੱਛਾ ਢਿੱਲੋ ਹੈ ਤੇ ਸਾਡੀ ਸਤਿ ਸ੍ਰੀ ਅਕਾਲ ਬੁਲਾ ਦਿਓ ਉਹਨੂੰ ਠੀਕ ਹੈ ਸਰ ਮੈਨੂੰ ਬਹੁਤ ਚੰਗਾ ਲੱਗਦਾ ਮੁੰਡਾ ਧੂਰੀ ਵਾਲਿਆਂ ਨਾਲ ਮੇਰਾ ਖਾਸ ਪਿਆਰ ਹੈ ਬਈ ਹਾਂਜੀ ਕੋਈ ਦਿੱਕਤ ਨਹੀਂ ਹੋਈ ਨਹੀਂ ਨਹੀਂ ਕੋਈ ਦਿੱਕਤ ਨਹੀਂ ਓਕੇ ਤੁਹਾਡੀ ਮਿਲਦੇ ਆ ਫਿਰ ਆਪਾਂ ਅੱਜ ਸ਼ੇਰਗਿੱਲ ਮਰਖਾਈ ਜੀ ਵੀ ਬੀਜ ਲੈਣ ਲਈ ਆਏ ਹੋਏ ਸੀ ਅਤੇ ਉਹਨਾਂ ਨਾਲ ਅਸੀਂ ਡੇਟਾਂ ਬਾਰੇ ਚਰਚਾ ਕੀਤੀ ਅਤੇ ਕਿਸਾਨਾਂ ਨੇ ਸੁਨੇਹਾ ਦਿੱਤਾ ਕਿ ਵੀ ਬੀਜ ਜਿਹੜਾ ਇਹ ਡੇਟ ਅੱਗੇ ਪਿੱਛੇ ਮਿੱਥਣੀ ਚਾਹੀਦੀ ਤੁਹਾਡਾ ਕੀ ਵਿਚਾਰ ਹੈ ਇਹਦੇ 'ਤੇ ਹਾਂ ਦੇਖੋ ਇਸ ਸਾਲ ਜਿਹੜਾ ਹਾਲਾਤ ਨੇ ਨਾ ਜੀ ਇੱਕ ਤਾਂ ਝੋਨੇ ਦੀ ਬਿਜਾਈ ਥੋੜ੍ਹੀ ਉਹ ਕਟਾਈ ਲੇਟ ਹੋ ਗਈ ਹੈ ਜੀ ਦੂਸਰੀ ਗੱਲ ਹੈਗੀ ਕਿ ਕਿਸਾਨਾਂ ਦੇ ਪੱਖੋਂ ਤਾਂ ਸਹੀ ਹੈ ਕਿ ਸਤੰਬਰ ਦੇ ਵਿੱਚ ਜੇ ਹੋ ਜਾਵੇ ਤਾਂ ਠੀਕ ਹੈ ਪਰ ਪਿਛਲੇ ਸਾਲ ਇੱਕ ਪ੍ਰੋਬਲਮ ਆਈ ਸੀਗੀ ਆਪਾਂ ਇਹ ਦੇਖਦੇ ਹਾਂ ਕਿ ਸਤੰਬਰ ਦੇ ਵਿੱਚ ਦੁਬਾਰਾ ਤੋਂ ਜਿਹੜੇ ਸਟੋਰ ਗ੍ਰੇਨ ਪੈਸਟ ਹਨ ਉਹ ਵੱਧਦੇ ਆ ਉਹ ਵੱਧਦੇ ਨੇ ਤੇ ਜੇ ਅਸੀਂ ਸਤੰਬਰ ਤੋਂ ਪਹਿਲਾਂ ਗ੍ਰੇਡਿੰਗ ਕਰਕੇ ਆਪਾਂ ਜਾਂ ਪ੍ਰੋਸੈਸਿੰਗ ਕਰਕੇ ਰੱਖ ਦੇਵਾਂਗੇ ਤਾਂ ਉਸ ਤੋਂ ਬਾਅਦ ਚ ਦਾਣਾ ਲੱਗਣ ਦੀ ਦਿੱਕਤ ਆਵੇਗੀ ਪਿਛਲੇ ਸਾਲ ਇਹਨਾਂ ਨੂੰ ਬਹੁਤ ਦਿੱਕਤ ਆਈ ਸੀ ਤੇ ਜੇ ਉਹੀ ਗਲਤੀ ਐਤਰੀ ਫੇਰ ਕਰ ਦਿੰਦੇ ਇਹ ਤਾਂ ਕਿਸਾਨਾਂ ਨੇ ਕਹਿਣਾ ਸੀ ਕਿ ਐਤਰੀ ਫੇਰ ਜਿਹੜਾ ਹੈਗਾ ਲੱਗੀ ਹੋਈ ਕਣਕ ਆ ਗਈ ਹੈ ਤਾਂ ਇਹਨਾਂ ਨੇ ਆਪਣੇ ਧਿਆਨ ਉਸ ਚੀਜ਼ ਨੂੰ ਧਿਆਨ ਰੱਖਦੇ ਹੋਏ ਥੋੜਾ ਜਿਹਾ ਪ੍ਰੋਸੈਸਿੰਗ ਲੇਟ ਸਟਾਰਟ ਕੀਤੀ ਜਿਹਦੇ ਕਰਕੇ ਟਾਈਮ ਲੇਟ ਹੋ ਗਿਆ ਜੇ ਕਿਸਾਨ ਦੇ ਪੱਖੋਂ ਆਪਾਂ ਦੇਖਦੇ ਹਾਂ ਤਾਂ ਉਹ ਹਿਸਾਬ ਦੇ ਨਾਲ ਜਿਹੜਾ ਕੁਛ ਦਿਨ ਪਹਿਲਾਂ ਚਾਹੀਦਾ ਸੀਗਾ ਪੀਏਯੂ ਨੇ ਵੰਡਤੇ ਨੇ ਪਹਿਲਾਂ ਇੰਨੇ ਮੇਲੇ ਹੋਏ ਨੇ ਉੱਥੇ ਬਠਿੰਡੇ 'ਚ ਅਤੇ ਪਟਿਆਲੇ 'ਚ ਲੁਧਿਆਣਾ ਮੇਲਾ ਉਹਨਾਂ ਦੀ ਨਹੀਂ ਲੱਗੀ ਇਹਨਾਂ ਦੀ ਕਾਹਨੂੰ ਲੱਗ ਗਈ ਸੀ ਇਹ ਕਹਿੰਦੇ ਨਾ ਕਿ ਦੁੱਧ ਤਾਂ ਜਿਹੜਾ ਹੈਗਾ ਸੜਿਆ ਲੱਸੀ ਨੂੰ ਵੀ ਫੂਕਾ ਮਾਰ ਮਾਰ ਕੇ ਪੀਂਦਾ ਹੈ ਨਾ ਤਾਂ ਪਿਛਲੇ ਸਾਲ ਦੇ ਐਕਸਪੀਰੀਅੰਸ ਨੂੰ ਲੈ ਕੇ ਤੇ ਪ੍ਰੋਸੈਸਿੰਗ ਲੇਟ ਸਟਾਰਟ ਹੋਈ ਹੈ ਵੈਸੇ ਥੋੜਾ ਇਹਨਾਂ ਨੂੰ ਚਾਹੀਦਾ ਹੈ ਕਿ ਥੋੜਾ ਜਿਹਾ ਗੇਤਾ ਕਰ ਦੇਣ ਜੇਕਰ ਸਤੰਬਰ ਦੇ ਅਖੀਰ ਦੇ ਵਿੱਚ ਹੋ ਜਾਵੇ ਤਾਂ ਜ਼ਿਆਦਾ ਵਧੀਆ ਕਿਸਾਨ ਵੀਰੋ ਕਿਸਾਨਾਂ ਨੇ ਬੜੇ ਆਰਾਮ ਨਾਲ ਲਾਈਨ 'ਚ ਲੱਗ ਕੇ ਆਪ ਦੀਆਂ ਪਰਚੀਆਂ ਕਟਵਾਈਆਂ ਅਤੇ ਪੋਰਟਲ 'ਤੇ ਪਹਿਲਾਂ ਹੀ ਬੁਕਿੰਗ ਹੋਈ ਵੀ ਸੀ ਆਪ ਜੀ ਵੇਖ ਰਹੇ ਹੋ ਸਾਰਿਆਂ ਨੂੰ ਬੀਜ ਜਿਹੜਾ ਬੜੇ ਆਰਾਮ ਨਾਲ ਮਿਲ ਰਿਹਾ ਔਰ ਜ਼ਿਆਦਾ ਚਾਹਤ ਜਿਹੜੀ ਕਿਸਾਨਾਂ ਦੀ ਰਹੀ ਉਹ DVW 327 DVW 371 ਅਤੇ DVW 372 ਦੇ ਬੀਜਾਂ ਦੀ ਸੀ ਕੱਲ੍ਹ ਹਰਿਆਣਾ ਕੇ ਜਿਨ ਜ਼ਿਲ੍ਹੋਂ ਸੇ ਕਿਸਾਨ ਬੀਜ ਲੈ ਪਾਏਗੇ 21 ਅਕਤੂਬਰ 2024 ਕੋ ਉਹ ਜ਼ਿਲ੍ਹੇ ਹੈ ਅੰਬਾਲਾ ਭਿਵਾਨੀ ਚਰਖੀ ਦਾਦਰੀ ਫਰੀਦਾਬਾਦ ਫਤਿਹਾਬਾਦ ਗੁਰੂਗ੍ਰਾਮ ਹਿਸਾਰ ਝੱਜਰ ਜੀਂਦ ਔਰ ਕੈਥਲ ਕਿਸਾਨੋਂ ਸੇ ਆਗ੍ਰਹਿ ਹੈ ਕਿ ਉਹ ਆਪਣਾ ਬੀਜ ਨਿਰਧਾਰਿਤ ਤਿਥੀ ਕੇ ਅਨੁਸਾਰ ਹੀ ਲੈਂ ਤਾਂ ਕਿ ਸੰਸਥਾਨ ਕੋ ਵੀ ਇਸਦੀ ਸੁਵਿਧਾ ਰਹੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਓਕੇ ਹੈਲੋ